ਪਟਿਆਲਾ ਦੇ ਵਿੱਚ ਪਾਵਨ ਸਰੂਪਾਂ ਨੂੰ ਮਰਿਆਦਾ ਦੇ ਮੁਤਾਬਿਕ ਨਾ ਰੱਖਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਭਟਕੀਆਂ ਨੇ, ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ। ਨਿਹੰਗਾਂ ਨੇ ਪਾਵਨ ਸਰੂਪਾਂ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਹੁੰਚਾਇਆ ਪੂਰਨ ਮਰਿਆਦਾ ਦੇ ਨਾਲ। ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਪਾਵਨ ਸਰੂਪਾਂ ਨੂੰ ਪਹੁੰਚਾਇਆ ਗਿਆ। ਦੱਸਦੇ ਕਿ ਗੁਰਬਖਸ਼ ਕਲੋਨੀ ਦੇ ਇੱਕ ਸ਼ਖਸ ਨੇ ਆਪਣੇ ਘਰ ਦੇ ਵਿੱਚ ਪਾਵਨ ਸਰੂਪਾਂ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਜਾਣਕਾਰੀ ਅਨੁਸਾਰ ਪਾਵਨ ਸਰੂਪਾਂ ਦਾ ਮਰਿਆਦਾ ਅਨੁਸਾਰ ਖਿਆਲ ਨਹੀਂ ਰੱਖਿਆ ਗਿਆ, ਜਿਸ ਗੱਲ ਦਾ ਨਿਹੰਗ ਸਿੰਘਾਂ ਨੂੰ ਪਤਾ ਲੱਗਿਆ, ਮੌਕੇ ਤੇ ਪਹੁੰਚ ਗਏ ਔਰ ਇੱਕਦਮ ਮਾਹੌਲ ਤਣਾਅਪੂਰਨ ਬਣ ਗਿਆ। ਪੁਲਿਸ ਦੇ ਵੱਲੋਂ ਉਸ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਸ ਨੇ ਘਰ ਦੇ ਵਿੱਚ ਹੀ ਪਾਵਨ ਸਰੂਪਾਂ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਸਾਡੇ ਕੋਲ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੇਂਟਾਂ ਆ ਰਹੀਆਂ ਤੀਆਂ ਅਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁਟਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਬੀ ਕਰ ਰੱਖੀ ਅੰਦਰ। ਅਸੀਂ ਗੱਲ ਕਰਨ ਆਏ, ਸਿੰਘਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ, ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਹਾ? ਅਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਲਾਂ ਨਾਲ ਇਹਦੇ ਕਮਰੇ 'ਚ, ਸੱਚਖੰਡ ਦੇ ਨਾਲ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ, ਅਤੇ ਦਰਬਾਰ ਜਿਹੜਾ ਭੋਰਾ ਸਾਹਿਬ ਆ, ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਆਸਣ ਲਾਇਆ ਹੋਇਆ। ਸੱਚਖੰਡ ਦੇ ਵਿੱਚ ਕੋਈ ਵੀ ਏ ਸੀ ਨਹੀਂ ਹੈਗਾ ਜੀ, ਕੋਈ ਵੀ ਪੱਖਾ ਨਹੀਂ ਹੈਗਾ, ਬਿਲਕੁਲ ਨਹੀਂ ਹੈਗਾ ਕੁਛ ਵੀ ਜੀ, ਉਹਦੀਆਂ ਵਿੰਡੋਆਂ ਵੀ ਬੰਦ ਕਰੀਆਂ ਹੋਈਆਂ ਨੇ ਇਹਨੇ। ਉਸ ਤੋਂ ਬਾਅਦ ਜਿਹੜੇ ਇਹਦੇ ਜਿਹੜੇ ਬੈੱਡਾਂ ਦੇ ਸਹੁਰੇ ਸੀ, ਉਹ ਬੈੱਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ, ਚੱਪਲਾਂ ਵੀ ਨਿਕਲੀਆਂ ਨੇ, ਉਹ ਸਾਡੇ ਕੋਲ ਵੀਡੀਓ ਹੈਗੀਆਂ ਨੇ, ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਤਾਂ ਮੇਰਾ ਨੰਬਰ ਲੈ ਲਓ, ਮੈਂ ਬਾਅਦ 'ਚੋਂ ਪਾ ਦੂੰਗਾ ਜੀ। ਬਹੁਤ ਜ਼ਿਆਦਾ ਸਾਡਾ ਮਰਨ ਹੋ ਗਿਆ ਜੀ ਅੰਦਰ ਜਾ ਕੇ, ਸਾਨੂੰ ਪਤਾ ਨਹੀਂ ਸੀ। ਅਗਰ ਸਾਨੂੰ ਇਹ ਗੱਲਾਂ ਪਹਿਲਾਂ ਪਤਾ ਹੁੰਦੀ ਉਦੋਂ ਤੱਕ ਉਹਨੂੰ ਪੁਲਿਸ ਨੇ ਕਸਟੱਡੀ 'ਚ ਲੈ ਲਿਆ ਤਾਂ ਉਹਦੇ ਅਸੀਂ ਥੋੜ੍ਹੀ ਬਹੁਤ ਜੁੱਤੀ ਵੀ ਫੇਰਦੇ, ਚਲੋ ਬੱਚਤ ਰਹੇਗੀ, ਉਹਦੇ ਹੱਥ ਨਹੀਂ ਫਿਰਿਆ ਸਿੰਘਾਂ ਤੋਂ, ਕਿਉਂਕਿ ਉਦੋਂ ਤੱਕ ਪ੍ਰਸ਼ਾਸਨ ਪਹੁੰਚ ਗਿਆ, ਪ੍ਰਸ਼ਾਸਨ ਨੇ ਉਹਨੂੰ ਆਪਦੇ ਸਭ ਤੋਂ ਬਚਾ ਲਿਆ, ਚਲੋ ਨਹੀਂ ਉਹ ਕਰਨ ਦਿੱਤਾ। ਹਾਂਜੀ SGPC ਵੀ ਆਈ ਆ, ਇਹ ਗਿਆਨੀ ਸ਼ੇਰ ਸਿੰਘ ਉਹਨਾਂ ਨੇ, ਗਿਆਨੀ ਪ੍ਰਿਤਪਾਲ ਸਿੰਘ ਉਹਨਾਂ ਨੇ ਭੇਜੀ ਹੈ ਜੀ। ਹਾਂਜੀ ਇਹ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਜੀ ਨਾਲ, ਅਤੇ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਦਾ ਮਤਲਬ ਥੋੜ੍ਹੀ ਥੋੜ੍ਹੀ ਦੇਰ ਬਾਅਦ ਫੋਨ ਆ ਰਿਹਾ, ਗੱਲਬਾਤ ਹੋ ਰਹੀ ਹੈ ਉਹਨਾਂ ਨਾਲ ਹੀ। ਉਰੋ ਮੇਰੇ ਖਿਆਲ ਪੰਜ ਉੱਪਰ ਅਤੇ ਇੱਕ ਥੱਲੇ ਦੀ, 6 ਸਰੂਪ 'ਤੇ ਜੀ, ਅਤੇ 200 ਤੋਂ 300 ਪਲੱਸ ਨਿਤਨੇਮ ਦੀਆਂ ਪੋਥੀਆਂ ਦੀਆਂ ਜੀ, 100 ਤੋਂ ਪਲੱਸ ਪੋਥੀ ਅੰਮ੍ਰਿਤਬਾਣੀ ਦੀਆਂ ਦੀਆਂ ਜੀ, ਸੁਖਮਣੀ ਸਾਹਿਬ ਦੇ ਵੀ ਮੇਰੇ ਖਿਆਲ ਵੀ 100 ਤੋਂ ਪਲੱਸ ਹੈਗੀਆਂ ਤੀਆਂ, ਵੀ ਟੋਟਲ 300-400 ਪੋਥੀ ਤਾਂ ਪੋਥੀ ਸਾਹਿਬ ਏ ਤੀ, ਅਤੇ ਘੱਟੋ ਘੱਟ 150 ਦੇ 100 ਦੇ ਕਰੀਬ ਭਾਗ ਨੇ ਜੀ, ਕੋਈ ਦਸਮ ਦਾ ਭਾਗ ਆ, ਕੋਈ ਪਹਿਲੀ ਪੋਥੀ ਆ ਮਹਾਰਾਜ ਦਾ, ਕੋਈ ਦੂਸਰੀ ਪੋਥੀ ਆ ਮਹਾਰਾਜ ਦੀ। ਹਾਂਜੀ ਹੁਣ ਇਹਦੇ 'ਤੇ ਪਰਚਾ 295 ਦਾ ਲਵਾਵਾਂਗੇ ਜੀ, ਜਿੰਨੀ ਵੀ ਕਾਰਵਾਈ ਹੋ ਸਕੀ ਪੂਰੀ ਠੋਕ ਕੇ ਕਰਾਂਗੇ, ਬਾਕੀ ਜਿਵੇਂ ਬਾਬਿਆਂ ਦਾ ਹੁਕਮ ਹੋਇਆ ਜੀ। ਸਰੂਪ ਸਾਂਭਲੇ ਗਏ ਨੇ? ਹਾਂਜੀ ਸਰੂਪ ਸਾਰੇ SGPC ਦੇ ਅੰਡਰ ਆ ਗਏ, ਪੋਥੀ ਸਾਹਿਬ ਸਾਰੀ SGPC ਦੇ ਅੰਡਰ ਆ ਗਈ ਜੀ। ਅਤੇ ਸੰਗਤ ਨੂੰ ਅਪੀਲ ਇਹ ਕਰਨੀ ਚਾਹੁੰਦਾ ਵੀ ਆਪਣੇ ਗੁਰੂ ਘਰਾਂ 'ਚ, ਜਿੱਥੇ ਵੀ ਜਿਹੜੇ ਵੀ ਏਰੀਏ ਦੇ ਵਿੱਚ ਤੁਸੀਂ ਗੁਰੂ ਘਰਾਂ 'ਚ ਵਿਚਰਦੇ ਹੋ, ਘੱਟੋ ਘੱਟ ਸੱਚਖੰਡ ਸਾਹਿਬ ਅਤੇ ਮਹਾਰਾਜ ਦੇ ਆਸਣ, ਮਹਾਰਾਜ ਦੇ ਵਸਤਰ ਤੁਸੀਂ ਆਪ ਸੇਵਾ ਕਰ ਸਕਦੇ ਹੋ। ਇਹ ਕੋਈ ਰਾਕਸ਼ਸ਼ ਨਹੀਂ ਵੀ ਖਾ ਜਾਣਗੇ, ਇਹ ਅੰਦਰ ਵੜਨੇ ਨਹੀਂ ਦਿੰਦਾ ਜੀ ਕਿਸੇ ਨੂੰ, ਸੰਗਤ ਦੇ ਬੰਦੇ ਨੂੰ। ਤੁਸੀਂ ਆਪਦਾ ਆਪ ਪਹਿਰਾ ਦਿਓ, ਸਾਰੀ ਸੰਗਤ ਨੂੰ ਬੇਨਤੀ ਆ, ਇਲਾਕੇ ਨਿਵਾਸੀਆਂ ਦੀ, ਲਵੇ ਦੀ, ਵੀ ਸਾਰੇ ਆਪਣੇ ਏਰੀਆ ਦੇ ਵਿੱਚ ਇਹ ਚੀਜ਼ ਜਿੱਥੇ ਵੀ ਹੁੰਦੀ ਆ। ਮੇਰਾ ਨੰਬਰ ਆ 96537-00602, 96537-00602, ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ। ਹਾਂਜੀ।